ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸ਼ਾਂਤੀ ਦਾਦੀ ਚੈਨਲ ਦੇ ਉੱਪਰ। ਅਤੇ ਅੱਜ ਆਪਾਂ ਜੀ ਦੋ ਫਲੇਵਰਸ ਵਾਲਾ ਨਮਕ ਤਿਆਰ ਕਰਾਂਗੇ ਖੱਟੀ ਲੱਸੀ ਦੇ ਵਿੱਚ ਪਾਉਣ ਵਾਲਾ। ਜੋ ਹੁਣ ਗਰਮੀਆਂ ਆ ਰਹੀਆਂ ਅਤੇ ਆਪਾਂ ਖੱਟੀ ਲੱਸੀ ਪੀਣੀ ਸ਼ੁਰੂ ਕਰ ਦੇਣੀ ਹੈ, ਅਤੇ ਇਹਦੇ ਲਈ ਆਪਾਂ ਸਪੈਸ਼ਲ ਨਮਕ ਤਿਆਰ ਕਰਾਂਗੇ। ਅਤੇ ਇਹ ਨਮਕ ਹੈ ਜਿਹੜਾ ਆਪਾਂ ਦੋ ਫਲੇਵਰਸ ਦੇ ਵਿੱਚ ਤਿਆਰ ਕਰ ਰਹੇ ਹਾਂ। ਅਤੇ ਜੇਕਰ ਤੁਸੀਂ ਇੱਕ ਵਾਰੀ ਇਹ ਤਰੀਕੇ ਦੇ ਨਾਲ ਨਮਕ ਘਰ ਦੇ ਵਿੱਚ ਤਿਆਰ ਕਰ ਲੈਂਦੇ ਹੋ ਤਾਂ ਸਾਲ ਭਰ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਅਤੇ ਹਰ ਸਾਲ ਤੁਸੀਂ ਇਸੇ ਤਰੀਕੇ ਨਾਲ ਹੀ ਨਮਕ ਬਣਾਓਗੇ, ਕਿਉਂਕਿ ਇਹ ਨਮਕ ਹੈ ਜਿਹੜਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ। ਅਤੇ ਚਲੋ ਜੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ। ਨਮਕ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਕੁਛ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਰੋਸਟ ਕਰਨਾ ਹੈ, ਅਤੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਲਿਆ ਗਾ ਧਨੀਆ। ਇਹ ਆਪਾਂ ਸਾਬਤ ਧਨੀਆ ਲਿਆ, ਅਤੇ ਅੱਧੀ ਕਟੋਰੀ ਹੈ ਜਿਹੜੀ ਆਪਾਂ ਸਾਬਤ ਧਨੀਏ ਦੀ ਲੈਣੀ ਹੈ। ਇਸੇ ਕਟੋਰੀ ਨਾਲ ਆਪਾਂ ਸਾਰਾ ਮੇਜ਼ਰਮੈਂਟ ਲੈਣਾ ਹੈ। ਫਿਰ ਆਪਾਂ ਇਹੀ ਇੱਕ ਕਟੋਰੀ ਲਈ ਹੈ ਜੀਰੇ ਦੀ। ਫਿਰ ਆਪਾਂ ਇਸ ਤਰ੍ਹਾਂ ਇੱਕ 1.5 ਇੰਚ ਅਤੇ 2 ਇੰਚ ਵਾਲਾ ਜਿਹੜਾ ਆਪਾਂ ਦਾਲਚੀਨੀ ਦੇ ਦੋ ਟੁਕੜੇ ਲਏ ਹੈ, ਅਤੇ ਇਹ ਟੁਕੜਿਆਂ ਨੂੰ ਆਪਾਂ ਬਿਲਕੁਲ ਛੋਟੇ ਛੋਟੇ ਪੀਸਿਸ ਦੇ ਵਿੱਚ ਇਸ ਤਰ੍ਹਾਂ ਤੋੜ ਲੈਣਾ। ਆਪਾਂ ਗਰਮੀਆਂ ਵਿੱਚ ਪੀਤੀ ਜਾਣ ਵਾਲੀ ਖੱਟੀ ਲੱਸੀ ਲਈ ਨਮਕ ਤਿਆਰ ਕਰ ਰਹੇ ਹਾਂ, ਅਤੇ ਇਹ ਗਰਮੀਆਂ ਲਈ ਸਪੈਸ਼ਲ ਹੈ, ਤਾਂ ਕਰਕੇ ਆਪਾਂ ਦਾਲਚੀਨੀ ਹੈ ਜਿਹੜੀ ਬਿਲਕੁਲ ਥੋੜ੍ਹੀ ਜਿਹੀ ਪਾਉਣੀ ਹੈ, ਕਿਉਂਕਿ ਦਾਲਚੀਨੀ ਹੈ ਜਿਹੜੀ ਥੋੜ੍ਹੀ ਜਿਹੀ ਗਰਮ ਹੁੰਦੀ ਹੈ, ਅਤੇ ਤਾਂ ਕਰਕੇ ਆਪਾਂ ਸਿਰਫ ਫਲੇਵਰ ਲਈ ਆਪਾਂ ਥੋੜ੍ਹੀ ਜਿਹੀ ਦਾਲਚੀਨੀ ਪਾਈ ਹੈ। ਫਿਰ ਅੱਧੀ ਕਟੋਰੀ ਆਪਾਂ ਲਈ ਹੈ ਅਜਵਾਇਨ ਦੀ। ਜੇਕਰ ਤੁਹਾਡੇ ਕੋਲ ਸਾਬਤ ਕਾਲੀ ਮਿਰਚ ਹੈ ਤਾਂ ਤੁਸੀਂ ਕਾਲੀ ਮਿਰਚ ਵੀ ਇਸੇ ਟਾਈਮ 'ਤੇ ਪਾ ਲੈਣੀ ਹੈ, ਅਤੇ ਆਪਣੇ ਕੋਲ ਪੀਸੀ ਹੋਈ ਹੈ ਤਾਂ ਕਰਕੇ ਆਪਾਂ ਕਾਲੀ ਮਿਰਚ ਹੈ ਜਿਹੜੀ ਇਸ ਟਾਈਮ ਨਹੀਂ ਪਾ ਰਹੇ। ਫਿਰ ਆਪਾਂ ਫਲੇਮ ਔਨ ਕਰ ਲੈਣੀ ਹੈ, ਅਤੇ ਫਲੇਮ ਆਪਾਂ ਮੀਡੀਅਮ ਰੱਖਣੀ ਹੈ। ਮੀਡੀਅਮ ਫਲੇਮ ਦੇ ਉੱਪਰ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਹਲਕਾ ਜਿਹਾ ਰੋਸਟ ਕਰਨਾ, ਅਤੇ ਲਗਾਤਾਰ ਇਸ ਤਰ੍ਹਾਂ ਆਪਾਂ ਚਮਚ ਦੇ ਨਾਲ ਹਿਲਾਉਂਦੇ ਰਹਿਣਾ ਤਾਂ ਜੋ ਕੋਈ ਵੀ ਚੀਜ਼ ਹੈ ਜਿਹੜੀ ਉਹ ਬਿਲਕੁਲ ਜਲੇ ਨਾ। ਤੁਸੀਂ ਦੇਖ ਸਕਦੇ ਹੋ ਮਸਾਲਿਆਂ ਦਾ ਹਲਕਾ ਜਿਹਾ ਰੰਗ ਚੇਂਜ ਹੋ ਚੁੱਕਾ ਹੈ, ਅਤੇ ਜਦੋਂ ਤੱਕ ਇਹਦੇ ਵਿੱਚੋਂ ਹਲਕੀ ਜਿਹੀ ਖੁਸ਼ਬੂ ਨਹੀਂ ਆਉਣੀ ਸ਼ੁਰੂ ਹੋ ਜਾਂਦੀ ਉਦੋਂ ਤੱਕ ਆਪਾਂ ਇਹਨਾਂ ਨੂੰ ਹੋਰ ਥੋੜ੍ਹਾ ਜਿਹਾ ਰੋਸਟ ਕਰਾਂਗੇ। ਥੋੜ੍ਹੀ ਦੇਰ ਹੋਰ ਭੁੰਨਣ ਤੋਂ ਬਾਅਦ ਇਹਦੇ ਵਿੱਚੋਂ ਹਲਕੀ ਜਿਹੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਹੈ, ਅਤੇ ਹੁਣ ਇਹ ਸਾਰੇ ਮਸਾਲੇ ਆ ਜਿਹੜੇ ਇਹ ਰੋਸਟ ਹੋ ਚੁੱਕੇ ਆ, ਅਤੇ ਹੁਣ ਆਪਾਂ ਫਲੇਮ ਔਫ ਕਰ ਦੇਣੀ ਹੈ। ਫਲੇਮ ਔਫ ਕਰਨ ਤੋਂ ਬਾਅਦ ਫਿਰ ਆਪਾਂ ਇਹਨਾਂ ਮਸਾਲਿਆਂ ਨੂੰ ਥੋੜ੍ਹਾ ਜਿਹਾ ਠੰਡਾ ਕਰ ਲੈਣਾ। ਠੰਡਾ ਕਰਨ ਤੋਂ ਬਾਅਦ ਫਿਰ ਆਪਾਂ ਬਿਲਕੁਲ ਫਾਈਨ ਜਿਹੜਾ ਪਾਊਡਰ ਹੈ, ਬਿਲਕੁਲ ਬਰੀਕ ਵਾਲਾ ਪਾਊਡਰ ਆਪਾਂ ਇਹਦਾ ਤਿਆਰ ਕਰ ਲੈਣਾ। ਹੁਣ ਆਪਾਂ ਇਹਦਾ ਪਾਊਡਰ ਬਣਾ ਲੈਣਾ। ਪਾਊਡਰ ਆਪਾਂ ਬਣਾ ਲਿਆ, ਅਤੇ ਪਾਊਡਰ ਨੂੰ ਆਪਾਂ ਇਸ ਤਰ੍ਹਾਂ ਛਾਨਣੀ ਦੇ ਨਾਲ ਛਾਣ ਲੈਣਾ। ਇਸ ਤਰ੍ਹਾਂ ਆਪਾਂ ਛਾਣ ਕੇ ਬਿਲਕੁਲ ਬਰੀਕ ਪਾਊਡਰ ਬਣਾ ਲੈਣਾ, ਅਤੇ ਇਹ ਵੀ ਜੋ ਆਪਣੇ ਕੋਲ ਬਾਕੀ ਬਚ ਜਾਂਦਾ ਹੈਗਾ, ਅਤੇ ਇਹਨੂੰ ਵੀ ਆਪਾਂ ਦੁਬਾਰਾ ਪੀਸ ਕੇ ਹੋਰ ਆਪਾਂ ਇਹਦਾ ਪਾਊਡਰ ਬਣਾ ਲੈਣਾ, ਅਤੇ ਫਿਰ ਆਪਾਂ ਇਹਨੂੰ ਛਾਣ ਲੈਣਾ। ਲਓ ਜੀ, ਸਾਰੇ ਸਾਬਤ ਮਸਾਲਿਆਂ ਦਾ ਆਪਾਂ ਪਾਊਡਰ ਬਣਾ ਲਿਆ। ਪਾਊਡਰ ਨੂੰ ਆਪਾਂ ਇੱਕ ਵੱਡੇ ਬਾਊਲ ਦੇ ਵਿੱਚ ਟ੍ਰਾਂਸਫਰ ਕਰ ਲੈਣਾ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੀਆਂ ਮਿਰਚਾਂ ਦਾ ਪਾਊਡਰ। ਕਾਲੀਆਂ ਮਿਰਚਾਂ ਦੇ ਪਾਊਡਰ ਦੇ ਆਪਾਂ 5 ਚਮਚ ਪਾਏ ਆ, ਬਾਕੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਵੱਧ ਘੱਟ ਪਾ ਸਕਦੇ ਹੋ। ਫਿਰ ਆਪਾਂ 4 ਚਮਚ ਲਏ ਹੈਗੇ ਆਮਚੂਰ ਪਾਊਡਰ ਦੇ। ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਜਿਹੜੀ ਕਟੋਰੀ ਨਾਲ ਆਪਾਂ ਮੇਜ਼ਰਮੈਂਟ ਲਿਆ ਸੀ ਉਹੀ ਕਟੋਰੀ ਇੱਕ ਆਪਾਂ ਭਰ ਕੇ ਲਈ ਹੈ ਕਾਲੇ ਨਮਕ ਦੀ। ਇਹ ਆਪਾਂ ਪੀਸਿਆ ਹੋਇਆ ਕਾਲਾ ਨਮਕ ਲਿਆ। ਕਾਲਾ ਨਮਕ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸਫੇਦ ਨਮਕ। ਸਫੇਦ ਨਮਕ ਦੇ ਆਪਾਂ 2 ਕਟੋਰੀਆਂ ਪਾਵਾਂਗੇ। ਹੁਣ ਆਪਾਂ ਇਹ ਵਾਈਟ ਨਮਕ ਨੂੰ ਵੀ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਲੈਣਾ।
ਲਓ ਜੀ, ਨਮਕ ਆਪਣਾ ਤਿਆਰ ਹੋ ਚੁੱਕਾ। ਇਹ ਤਿਆਰ ਕੀਤੇ ਹੋਏ ਨਮਕ ਨੂੰ ਆਪਾਂ ਦੋ ਅਲੱਗ ਫਲੇਵਰਸ ਦੇ ਵਿੱਚ ਵਰਤ ਸਕਦੇ ਹਾਂ। ਅਤੇ ਸਭ ਤੋਂ ਪਹਿਲਾਂ ਜੋ ਆਪਾਂ ਹੁਣ ਨਮਕ ਤਿਆਰ ਕੀਤਾ ਹੈਗਾ, ਉਹ ਥੋੜ੍ਹਾ ਜਿਹਾ ਆਪਾਂ ਲੈ ਕੇ ਅਤੇ ਡਾਇਰੈਕਟਲੀ ਆਪਾਂ ਲੱਸੀ ਪਾ ਕੇ ਪੀ ਸਕਦੇ ਹਾਂ। ਦੂਸਰੇ ਫਲੇਵਰ ਵਾਲੀ ਲੱਸੀ ਤਿਆਰ ਕਰਨ ਲਈ ਜੋ ਆਪਾਂ ਨਮਕ ਤਿਆਰ ਕੀਤਾ ਥੋੜ੍ਹਾ ਜਿਹਾ ਉਹ ਲਿਆ, ਅਤੇ ਇਹ ਆਪਾਂ ਪੁਦੀਨੇ ਦਾ ਪਾਊਡਰ ਬਣਾ ਲਿਆ, ਅਤੇ ਥੋੜ੍ਹਾ ਜਿਹਾ ਆਪਾਂ ਪੁਦੀਨੇ ਦਾ ਪਾਊਡਰ ਲੈ ਲੈਣਾ। ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਵੀ ਲੱਸੀ ਪਾ ਕੇ ਪੁਦੀਨੇ ਫਲੇਵਰ ਵਾਲੀ ਲੱਸੀ ਤਿਆਰ ਕਰ ਸਕਦੇ ਹੋ। ਜੇਕਰ ਤੁਸੀਂ ਪੁਦੀਨੇ ਫਲੇਵਰ ਵਾਲੀ ਲੱਸੀ ਪਸੰਦ ਕਰਦੇ ਹੋ, ਤਾਂ ਸਾਰੇ ਨਮਕ ਦੇ ਵਿੱਚ ਤੁਸੀਂ ਪੁਦੀਨਾ ਜਿਹੜਾ ਪਾਊਡਰ ਬਣਾ ਕੇ ਮਿਕਸ ਕਰ ਸਕਦੇ ਹੋ, ਅਤੇ ਉਹ ਵੀ ਬਣਾ ਸਕਦੇ ਹੋ। ਜਾਂ ਤੁਸੀਂ ਡਾਇਰੈਕਟਲੀ ਪੁਦੀਨਾ ਨਹੀਂ ਪੀਂਦੇ, ਤਾਂ ਤੁਸੀਂ ਡਾਇਰੈਕਟਲੀ ਉਹ ਨਮਕ ਨੂੰ ਯੂਜ਼ ਕਰ ਸਕਦੇ ਹੋ, ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ। ਲਓ ਜੀ, ਦੋ ਅਲੱਗ ਅਲੱਗ ਫਲੇਵਰ ਵਾਲੇ ਨਮਕ ਵਾਲੀ ਲੱਸੀ ਹੈ ਜਿਹੜੀ ਤਿਆਰ ਹੋ ਚੁੱਕੀ ਹੈ। ਤੁਹਾਨੂੰ ਇਹ ਨਮਕ ਵਾਲੀ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਇੱਕ ਨਵੀਂ ਰੈਸਪੀ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।